ਤਰਨ ਜੀ, ਤੁਸੀਂ ਕਿਹੜੀ ਗੇਮ ਕਰਦੇ ਹੋ ਅਤੇ ਕਿੱਥੇ ਤੱਕ ਹੁਣ ਤੱਕ ਜਾਇਆ ਹੈ? ਮੈਂ ਇੱਕ ਪੈਰਾ ਕਰਾਟੇ ਯਾਨੀ ਡਿਸੇਬਲਡ ਕੈਟੇਗਰੀ ਦਾ ਪਲੇਅਰ ਹਾਂ ਅਤੇ ਮੈਂ 18 ਕੰਟਰੀਆਂ ਵਿੱਚੋਂ ਮੈਡਲਿਸਟ ਹਾਂ, ਜਿਹਦੇ ਵਿੱਚੋਂ 2 ਏਸ਼ੀਅਨ ਚੈਂਪੀਅਨਸ਼ਿਪ ਨੇ। ਔਰ ਮਾਣ ਵਾਲੀ ਗੱਲ ਹੈ ਕਿ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਅੱਜ ਤੋਂ ਪਹਿਲਾਂ ਪੰਜਾਬ ਦੇ ਮੈਡਲ ਨਹੀਂ ਸੀਗੇ, ਔਰ ਮੈਂ 2 ਵਾਰ ਆਪਣੇ ਸਿਰ 'ਤੇ ਹਿਸਟਰੀ ਬਣਾਈ ਹੈ, ਪਰ ਉਹ ਹਿਸਟਰੀ ਅਜੇ ਤੱਕ ਗੁੰਮਨਾਮ ਹੈ। ਤਰਨ ਜੀ, ਕਿ ਸੋਸ਼ਲ ਮੀਡੀਆ 'ਤੇ ਤੁਹਾਡਾ ਤੁਸੀਂ ਅੱਜ ਕੱਲ੍ਹ ਛਾਏ ਹੋਏ ਹੋ, ਉਸ ਦੇ ਵਿੱਚ ਇੱਕ ਚੱਲ ਰਿਹਾ ਕਿ ਕਰਨ ਔਜਲਾ ਜੀ ਨੇ ਤੁਹਾਡੀ ਹੈਲਪ ਕੀਤੀ, ਇਹਨਾਂ ਦੇ ਭਰਾਵਾਂ ਨੇ ਤੁਹਾਡੀ ਹੈਲਪ ਕੀਤੀ, ਅਤੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕੀ ਕਾਰਨ ਸੀ, ਕਰਜ਼ਾ ਜਿਹੜਾ ਸੀਗਾ ਕਿੱਦਾਂ ਦਾ ਕਰਜ਼ਾ ਸੀ, ਕਿਹੜਾ ਕਰਜ਼ਾ ਉਤਾਰਿਆ ਗਿਆ? ਦੇਖੋ, ਮੈਂ 18 ਕੰਟਰੀਆਂ ਖੇਡੀਆਂ ਅਤੇ ਕਿਤੇ ਨਾ ਕਿਤੇ ਜਾਣ ਦੇ ਲਈ ਪੈਸਾ ਲੱਗਦਾ 2.5 ਤੋਂ 3 ਲੱਖ ਰੁਪਈਆ, ਅਤੇ ਕੁਛ ਹੱਦ ਤੱਕ ਮੇਰੀ ਹੈਲਪ ਆਪਣੀ ਐਸੋਸੀਏਸ਼ਨ ਨੇ ਕਰੀਆਂ ਅੱਖਰਾਂ ਦੀਆਂ, ਅਤੇ ਪੰਜਾਬ ਦੀਆਂ ਇੰਟਰਨੈਸ਼ਨਲ ਐਸੋਸੀਏਸ਼ਨ ਨੇ ਕਰੀਆਂ, NRI ਭਰਾਵਾਂ ਨੇ ਕਰੀਆਂ, ਅਤੇ ਕਈਆਂ ਨੇ ਟਿਕਟਾਂ ਵੀ ਪ੍ਰੋਵਾਈਡ ਕਰਾਈਆਂ। ਸੋ ਕੁਛ ਹੱਦ ਤੱਕ ਤਾਂ ਇਹ ਮੁਮਕਿਨ ਸੀਗਾ, ਬਟ ਉਸ ਤੋਂ ਬਾਅਦ ਵੀ ਜੋ ਕੱਢਦੇ ਸੀਗੇ ਉਹ ਮੈਨੂੰ ਵਿਆਜ 'ਤੇ ਫੜਨੇ ਪੈਂਦੇ ਸੀ, ਅਤੇ ਫਾਦਰ ਸਾਹਿਬ ਵਿਆਜ 'ਤੇ ਬੈਠ ਪੜ੍ਹਦੇ ਪੜ੍ਹਦੇ ਇੰਨੇ ਕੁ ਡੁੱਬ ਗਏ ਕਿ ਮੇਰੇ ਸਿਰ 'ਤੇ 12 ਲੱਖ ਦਾ ਕਰਜ਼ਾ ਚੜ ਗਿਆ। ਅਤੇ ਇੱਕ ਦਿਨ 2 ਦਿਨ ਘਰੇ ਲੈਣ ਲੱਗ ਗਈ ਜਿਨ੍ਹਾਂ ਨੇ ਪੈਸੇ ਲੈਣੇ ਸੀ, ਮੈਂ ਫਾਦਰ ਸਾਹਿਬ ਨਾਲ ਗੱਲ ਕਰੀ, ਮੈਂ ਕਿਹਾ ਮੇਰਾ ਘਰ ਹੈ ਜਿਹੜਾ ਇਹ ਗਿਰਵੀ ਰੱਖ ਦਿੰਦੇ ਹਾਂ, ਬਾਅਦ 'ਚ ਹੌਲੀ ਹੌਲੀ ਕਰਕੇ ਚੜ੍ਹਾ ਲਾਂਗੇ। ਫਿਰ ਉਸੇ ਹਿਸਾਬ ਨਾਲ ਫਿਰ ਫਾਦਰ ਸਾਹਿਬ ਨੇ ਘਰ ਗਿਰਵੀ ਰੱਖਤਾ, ਅਤੇ ਅੱਜ 5-6 ਸਾਲ ਹੋ ਗਏ। ਬਟ ਹੁਣ ਤੁਸੀਂ ਮੰਨੋਗੇ ਨਹੀਂ, ਰਾਤ ਨੂੰ ਮੈਂ ਚੈਨ ਦੀ ਨੀਂਦ ਸੋਇਆ 5-6 ਸਾਲ ਬਾਅਦ, ਕਿਉਂਕਿ ਕਰਜ਼ਾ ਮੁਕਤ ਹੋ ਗਿਆ ਸੀਗਾ, ਹੁਣ ਮਤਲਬ ਸਿਰ 'ਤੇ ਇੰਨੀ ਕਿ ਟੈਨਸ਼ਨ ਨਹੀਂ ਹੈ। ਇਹ ਕਰਜ਼ਾ ਕਿੱਦਾਂ ਕਿੱਦਾਂ ਲਾਇਆ ਗਿਆ, ਕਿੰਨਾ ਕਰਜ਼ਾ ਸੀ? NRI ਭਰਾਵਾਂ ਮਤਲਬ ਕੁਛ ਸਹਿਯੋਗ ਪਾਇਆ ਗਿਆ, ਕੁਝ ਕਰਨ ਜੀ ਨੇ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ 1 ਲੱਖ ਰੁਪਈਆ ਮੇਰੇ ਅਕਾਊਂਟ 'ਚ ਪਾਇਆ, ਅਤੇ ਉਹ ਤੋਂ ਬਾਅਦ ਜਿਹੜਾ ਰਹਿ ਗਿਆ ਸੀਗਾ 8,70,000, ਟੋਟਲ 9 ਲੱਖ ਦੇ ਕਰੀਬ ਅਮਾਊਂਟ ਦੀ ਮੈਨੂੰ ਕਰਨ ਔਜਲਾ ਜੀ ਦਾ ਉਹਨਾਂ ਦੇ ਭਰਾ ਨੇ ਫੋਨ ਕਰਿਆ ਕਿ ਤੇਰੇ ਅਕਾਊਂਟ 'ਚ ਪੈਸੇ ਆ ਗਏ, ਜਾ ਕੇ ਆਪਣਾ ਅਕਾਊਂਟ ਕਲੀਅਰ ਕਰਾ ਲੈ। ਸੋ ਮੈਂ ਦਿਲੋਂ ਧੰਨਵਾਦੀ ਹਾਂ ਕਰਨ ਔਜਲਾ ਬਾਈ ਜੀ ਦਾ, ਜਿਹਨਾਂ ਨੇ ਇੱਕ ਪੰਜਾਬ ਦੇ ਪੁੱਤ ਬਣ ਕੇ ਮੇਰੀ ਮਦਦ ਕਰੀ, ਔਰ ਮੋਢੇ ਨਾਲ ਮੋਢਾ ਲਾ ਕੇ NRI ਭਰਾ ਮੇਰੇ ਨਾਲ ਖੜੇ ਨੇ। ਕਰਨ ਔਜਲਾ ਦੇ ਜਾਂ ਬਾਕੀ NRI ਭਰਾਵਾਂ ਦੇ ਸੰਪਰਕ 'ਚ ਤੁਸੀਂ ਕਿੱਦਾਂ ਆਏ? ਸਭ ਤੋਂ ਵਧੀਆ ਸੋਸ਼ਲ ਮੀਡੀਆ ਦੀ ਪਾਵਰ, ਅਤੇ ਰਿਪੋਰਟਰ ਭਰਾਵਾਂ ਭੈਣਾਂ ਨੇ ਮੇਰੀ ਮਦਦ ਕਰੀ, ਮੇਰੀ ਆਵਾਜ਼ ਨੂੰ ਬੁਲੰਦ ਕਰਨ ਲਈ ਮੇਰੇ ਮੋਢਾ ਲਾ ਕੇ ਖੜੇ ਰਹੇ ਕਿ ਅਸੀਂ ਤੇਰੀ ਹੈਲਪ ਜ਼ਰੂਰ ਕਰਾਂਗੇ, ਕਿਤੇ ਨਾ ਕਿਤੇ ਤੇਰੀ ਆਵਾਜ਼ ਪਹੁੰਚੂਗੀ। ਸੋ ਦਿਲੋਂ ਸਲੂਟ ਕਰਦਾ ਹਰ ਇੱਕ ਉਸ ਪੱਤਰਕਾਰ ਦਾ ਜਿਹਨੇ ਮੇਰੀ ਹੈਲਪ ਕਰੀ ਔਰ ਮੇਰੀ ਆਵਾਜ਼ ਉੱਥੇ ਤੱਕ ਲੈ ਕੇ ਗਏ। ਈਵਨ ਪੂਰੇ ਇੰਡੀਆ, ਪੂਰੇ ਪੰਜਾਬ, ਪੂਰੇ ਵਰਲਡ ਨੂੰ ਪਤਾ ਲੱਗ ਗਿਆ ਕਿ ਤਰੁਣ ਹੈਗਾ, ਬਟ ਹਜੇ ਤੱਕ ਸਰਕਾਰਾਂ ਸੁੱਤੀਆਂ ਨੇ, ਮੈਨੂੰ ਅੱਜ ਤੱਕ ਕਿਸੇ ਦਾ ਫੋਨ, ਕਿਸੇ ਦਾ ਮੈਸੇਜ ਨਹੀਂ ਆਇਆ ਸਰਕਾਰ। ਜਿਵੇਂ ਹੁਣ ਕਰਨ ਔਜਲਾ ਜੀ ਜਾਂ ਬਾਕੀ NRI ਭਰਾਵਾਂ ਨੇ ਤੁਹਾਡੀ ਹੈਲਪ ਕੀਤੀ, ਇਹ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਹੋਰ ਕੌਣ ਹੈ? ਪਰਦਾ ਭਰਾ ਹੀ ਇਕੱਲਾ ਹੀ, ਰਿਐਲਿਟੀ ਦੱਸਾਂ, ਫਾਦਰ ਸਾਹਿਬ ਸੀਗੇ, ਉਹਨਾਂ ਦੀ ਡੈਥ ਹੋ ਚੁੱਕੀ ਹੈ 2 ਸਾਲ ਪਹਿਲੇ, ਉਹ ਵੀ ਇਹੀ ਸੁਪਨਾ ਦੇਖ ਕੇ ਦੁਨੀਆ ਤੋਂ ਚਲੇ ਗਏ ਕਿ ਮੇਰੇ ਬੇਟੇ ਨੂੰ ਕਿਤੇ ਨਾ ਕਿਤੇ ਗੌਰਮੈਂਟ ਜੋਬ ਮਿਲੂਗੀ ਅਤੇ ਆਪਣੇ ਜੋਗੇ ਹੋ ਜੂਗਾ। ਪਾਪਾ ਮੇਰੇ ਇਹੋ ਜਿਹਾ ਕੋਈ ਸਰਕਾਰੀ ਦੁਬਾਰਾ ਨਹੀਂ ਜਿੱਥੇ ਜਾ ਕੇ ਰੋਏ ਨਹੀਂ, ਉਹਨਾਂ ਨੇ ਇੱਕੋ ਗੱਲ ਕਹੀ, ਸਾਰੇ ਆਫਿਸਰਾਂ ਨੂੰ ਵੀ ਇਹੀ ਕਹਿੰਦੇ ਸੀਗੇ ਕਿ ਮੇਰੇ ਬੇਟੇ ਦਾ ਟੈਲੈਂਟ ਦੇਖੋ, ਉਹਦੀ ਹੈਂਡੀਕੈਪ ਨਾ ਦੇਖੋ, ਉਹਦਾ ਟੈਲੈਂਟ ਦੇਖੋ, ਕਿੰਨਾ ਕੁਛ ਉਹਨੂੰ ਉਹੀ ਬਣਨ ਲਈ ਕਰ ਰਿਹਾ। ਬਟ ਸਰਕਾਰਾਂ ਨੇ ਅੱਜ ਤੱਕ ਜੂਨ ਤੱਕ ਨਹੀਂ ਦੇਖੀ ਔਰ ਉਹ ਇਸ ਦੁਨੀਆਂ ਤੋਂ ਚਲੇ ਗਏ। ਅਤੇ ਸਰਕਾਰਾਂ ਦੇ ਜਿਹੜੇ ਡਿਪਾਰਟਮੈਂਟਸ ਹੁੰਦੇ ਆ ਉਹਨਾਂ ਦੇ ਵਿੱਚ ਹੈਂਡੀਕੈਪ ਕੋਟੇ ਦੇ ਵਿੱਚ ਕਈ ਪੋਸਟਾਂ ਹੁੰਦੀਆਂ ਨੇ, ਕਿ ਉਹਨਾਂ 'ਚ ਕੋਈ ਵੀ ਪੋਸਟ ਨਹੀਂ ਤੁਹਾਨੂੰ ਦਿੱਤੀ? ਸਰ 2012 ਤੋਂ ਬਾਅਦ ਕਹਿੰਦੇ ਹੈਂਡੀਕੈਪ ਪੋਸਟ ਹੀ ਨਹੀਂ ਨਿਕਲੀ, ਮੈਂ ਕਿੱਥੋਂ ਭਰਾਂ? ਮੈਨੂੰ ਲੈਟਰ ਕਹਿੰਦੇ ਕਿ ਜਦ ਵਕੈਂਸੀਆਂ ਨਿਕਲਣਗੀਆਂ ਭਰੋ, ਕਦ ਭਰਾਂਗੇ? ਜਦ ਜੋਬਸ ਨਿਕਲੀਆਂ ਤਾਂ ਹੀ ਭਰਾਂਗੇ, ਔਰ ਮੈਂ ਡਿਜ਼ਰਵਿੰਗ ਪਰਸਨ ਹਾਂ। ਮੈਨੂੰ ਇੱਕ ਗੱਲ ਦੱਸੋ, ਦੇਖੋ
ਇਹ ਕਹਿੰਦੇ ਆ ਕਿ ਜੋਬਸ ਭਰੋ, ਅਸੀਂ ਇੱਕ ਦੇਸ਼ ਲਈ ਖੇਡੀਏ ਫਿਰ ਜੋਬਸ ਵੀ ਭਰੀਏ। ਤੁਸੀਂ ਹੋਰ ਗੇਮਾਂ ਨੇ ਜਿਹੜੀਆਂ ਓਲੰਪਿਕ ਦਾ ਪਾਰਟ ਨਹੀਂ ਹੈ, ਉਹਨਾਂ ਨੂੰ ਤੁਸੀਂ ਡਾਇਰੈਕਟ ਗੌਰਮੈਂਟ ਜੋਬ ਦੇ ਰਹੇ ਹੋ, ਕਿਸੇ ਨੂੰ ਡੀਸੀ ਲਾ ਰਹੇ ਹੋ, ਕਿਸੇ ਨੂੰ ਡੀਐਸਪੀ ਲਾ ਰਹੇ ਹੋ, ਤੇ ਮੇਰੀ ਵਾਰ ਨੂੰ ਜੋਬ ਨਹੀਂ ਹੈ। ਦੇਖਣ ਨੂੰ ਮਿਲਦਾ ਜਿੱਦਾਂ ਕ੍ਰਿਕਟ ਹੋ ਗਈ ਜਾਂ ਹੋਰ ਕਈ ਗੇਮਾਂ ਹੋ ਗਈਆਂ, ਜੇ ਜਿਹੜੇ ਉਹਨਾਂ ਦੇ ਪਲੇਅਰਸ ਹੈ ਉਹ ਖੇਡ ਕੇ ਆਉਂਦੇ ਨੇ, ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਤੇ ਉਹਨਾਂ ਨੂੰ ਇਨਾਮ ਵੀ ਦਿੱਤਾ ਜਾਂਦਾ, ਤੇ ਤੁਹਾਡੇ ਨਾਲ ਵਿਤਕਰਾਂਗੇ। ਮੈਨੂੰ ਖੁਦ ਨਹੀਂ ਸਮਝ ਆ ਰਿਹਾ, ਜਦ ਵੀ ਕਿਤੇ ਜਾਂਦੇ ਹਾਂ ਉਹ ਸਾਨੂੰ ਇੱਕੋ ਗੱਲ ਕਹਿੰਦੇ, ਤੁਹਾਡੀ ਗੇਮ ਓਲੰਪਿਕ ਦਾ ਪਾਰਟ ਨਹੀਂ ਹੈ। ਕ੍ਰਿਕਟ ਗੇਮ ਕਿਹੜਾ ਓਲੰਪਿਕ ਦਾ ਪਾਰਟ ਹੈਗੀ ਹੈ ਜੀ? ਤੁਸੀਂ ਉਹਨਾਂ ਨੂੰ ਕਰੋੜਾਂ ਰੁਪਇਆ ਦੇ ਦਿੰਦੇ ਹੋ, ਡੀਐਸਪੀ ਲਾ ਦਿੰਦੇ ਹੋ, ਕਈ ਹੋਰ ਗੇਮਾਂ ਨੇ ਜਿਹੜੀ ਓਲੰਪਿਕ ਦਾ ਪਾਰਟ ਨਹੀਂ ਹੈ, ਬਟ ਸਾਡੀ ਵਾਰ ਨੂੰ ਜਦ ਮੇਰੀ ਵਾਰੀ ਆਉਂਦੀ ਹੈ ਫਿਰ ਇਹਨਾਂ ਨੂੰ ਓਲੰਪਿਕ ਯਾਦ ਆ ਜਾਂਦੀ ਹੈ। ਹੁਣ ਮੈਨੂੰ ਇੱਕ ਗੱਲ ਦੱਸੋ, ਇਸ ਸਾਲ ਏਸ਼ੀਅਨ ਗੇਮ ਦੇ ਵਿੱਚ ਕਰਾਟੇ ਦੀ ਐਂਟਰੀ ਗਈ ਹੈ, ਤੁਸੀਂ ਨੈਟ 'ਤੇ ਚੈੱਕ ਕਰ ਸਕਦੇ ਹੋ, ਵਰਲਡ ਬੋਡੀ ਨੂੰ ਓਲੰਪਿਕ ਐਸੋਸੀਏਸ਼ਨ ਨੇ ਰਿਕੋਨਾਈਜ਼ ਕਰਤਾ, ਕਾਮਨਵੈਲਥ ਨੂੰ ਰਿਕੋਨਾਈਜ਼ ਕਰਤਾ, ਪੰਜਾਬ ਓਲੰਪਿਕ ਨੇ ਕਰਾਟੇ ਨੂੰ ਰਿਕੋਨਾਈਜ਼ ਕਰਤਾ, ਹੁਣ ਇਹ ਤੋਂ ਬੜਾ ਸਬੂਤ ਮੈਂ ਕੀ ਦੇ ਦਾਂ? ਇਹ ਤਾਂ ਫਿਰ ਸਾਫ਼ ਸਾਫ਼ ਪਤਾ ਲੱਗ ਰਿਹਾ ਵੀ ਮੇਰੇ ਨਾਲ ਵਿਤਕਰਾ ਕਰ ਰਹੇ ਨੇ। ਸਪੋਰਟਸ ਡਿਪਾਰਟਮੈਂਟ ਦੀ ਲਿਸਟ ਦੇ ਵਿੱਚ ਤੁਹਾਡਾ ਨਾਮ ਆਉਣ ਦੀਆਂ ਚਰਚਾਵਾਂ ਵੀ ਸੀਗੀਆਂ, ਕੀ ਬਣਿਆ ਉਹਦਾ? ਮੇਰਾ ਨਾਮ ਆਇਆ, ਮੈਂ ਉਹਦੀ ਤਿਆਰੀ ਕਰਨੀ ਇੰਟਰਵਿਊ ਦੀ, ਮੇਰਾ ਨਾਮ ਆ ਗਿਆ ਸੀਗਾ, ਔਰ ਨਾਮ ਵੀ ਦੇਖੋ ਡਿਪਾਰਟਮੈਂਟ ਨੇ ਹੀ ਚੁਣਿਆ ਸੀ, ਕਿਉਂਕਿ ਏਸ਼ੀਅਨ ਪਲੇਅਰ ਆ, ਜੈਨੂਅਨ ਜੀ ਗੱਲ ਹੈ, ਇੱਕ ਵਾਰ ਨਹੀਂ ਦੋ ਵਾਰ, ਔਰ 18 ਕੰਟਰੀ ਮੈਡਲਿਸਟ ਆ, ਨਾਮ ਆ ਜਾਂਦਾ ਜੀ ਅਗਲੇ 2 ਦਿਨ ਬਾਅਦ, ਜਦ ਇੰਟਰਵਿਊ ਤੋਂ ਪਹਿਲਾਂ ਮੈਂ ਲਿਸਟ ਚੈੱਕ ਕਰੀ ਉਹ 'ਚ ਮੇਰਾ ਨਾਮ ਹੀ ਕੱਢਤਾ। ਹੁਣ ਕਾਰਨ ਕੀ ਰਿਹਾ? ਕਾਰਨ ਇਹੀ, ਉਹ ਕਹਿੰਦੇ ਕਿ ਓਲੰਪਿਕ ਗੇਮ ਨਹੀਂ ਹੈ। ਨਹੀਂ, ਜਿਵੇਂ ਹੁਣ ਪੰਜਾਬ ਦੀ ਆਪਾਂ ਜੇ ਗੱਲ ਕਰ ਲਈਏ, ਪੰਜਾਬ ਦੇ ਵਿੱਚ ਖੇਲੋ ਇੰਡੀਆ ਵਰਗੇ ਪ੍ਰੋਗਰਾਮ ਚਲਾਏ ਜਾਂਦੇ ਨੇ, ਹੋਰ ਕਈ ਇਹੋ ਜਿਹੇ ਪ੍ਰੋਗਰਾਮ ਨੇ ਜਿਹੜੇ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਕੀਤਾ ਜਾਂਦਾ, ਤੇ ਕੀ ਇਸ ਤਰੀਕੇ ਨਾਲ ਸੁਪਨਾ ਪੂਰਾ ਹੋ ਜਾਏਗਾ? ਸਰ ਤੁਸੀਂ ਮੈਨੂੰ ਗੱਲ ਦੱਸੋ, ਤੁਸੀਂ ਵੀ ਸਕੂਲ ਪੜ੍ਹੇ ਹੋ, ਸਕੂਲ ਗੇਮ ਦੇ ਵਿੱਚ ਸਰਕਾਰੀ ਕਰਾਟੇ ਕਰਾਏ ਜਾਂਦੇ ਨੇ, ਉਹ ਵੀ ਤਾਂ ਸਰਕਾਰ ਵੱਲੋਂ ਹੁੰਦੇ ਨੇ, ਉਹ 'ਚ ਮਾਨਤਾ ਪ੍ਰਾਪਤ ਹੈਗੀ ਹੈ। ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਸਰਕਾਰੀ ਕਰਾਏ ਜਾਂਦੇ ਨੇ, ਉਹ ਵੀ ਮਾਨਤਾ ਪ੍ਰਾਪਤ ਨੇ। ਖੇਲੋ ਇੰਡੀਆ ਦੇ ਵਿੱਚ ਕਰਾਟੇ ਚਾਹੇ ਇੰਡੀਆ ਦੇ ਵਿੱਚ ਕਰਾਏ ਜਾਂਦੇ, ਉਹ ਵੀ ਮਾਨਤਾ ਪ੍ਰਾਪਤ ਨੇ। ਜਦ ਅਸੀਂ ਖੇਡ ਕੇ ਜਾਂਦੇ ਹਾਂ ਫਿਰ ਉਹ ਮਾਨਤਾ ਪ੍ਰਾਪਤ ਨਹੀਂ, ਫਿਰ ਕਿੱਥੇ ਜਾਂਦੇ ਹੋ ਜਿਹੜੇ ਕਰਾਉਂਦੇ ਨੇ? ਕਿਉਂ ਤੁਸੀਂ ਬੱਚਿਆਂ ਦਾ ਕਰੀਅਰ ਖਰਾਬ ਕਰਦੇ ਹੋ? ਤੁਸੀਂ ਬੰਦ ਕਰ ਦਿਓ ਫਿਰ। ਅੱਜ ਇੱਕ ਦਿਨ ਉੱਠੇ ਕੱਲ੍ਹ ਸਾਰੇ ਉੱਠ ਗਏ, ਤੁਹਾਡੀ ਕੁਰਤੀਆਂ ਜਾਣੀਆਂ, ਤੁਹਾਡੇ ਡਿਪਾਰਟਮੈਂਟ ਨੂੰ ਜਿਹੜੇ ਤਾਲੇ ਲੱਗ ਜਾਣੇ, ਕਿਉਂ ਝੂਠ ਬੋਲਦੇ ਹੋ? ਤੇ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਲੀਡਰਸ ਨੂੰ ਮਿਲ ਚੁੱਕੇ ਹੋ ਜੋਬ ਦੇ ਰਿਗਾਰਡਿੰਗ ਜਾਂ ਆਪਣੀ ਉਪਲਬਧੀ ਦੇ ਰਿਗਾਰਡਿੰਗ? ਮੈਂ ਭਗਵੰਤ ਮਾਨ ਰਾਮ ਨੂੰ 2 ਵਾਰ ਮਿਲ ਚੁੱਕਿਆ ਜੀ, ਉਹਨਾਂ ਨੇ ਵੀ ਇਹੀ ਆਸ਼ਵਾਸਨ ਦਿੱਤਾ ਕਿ ਅਸੀਂ ਕਰਾਂਗੇ, ਪਰ ਪਤਾ ਨਹੀਂ ਰੀਤਨ ਉਦੋਂ ਤੱਕ ਮੈਂ ਉਮੀਦ ਲਾ ਕੇ ਹੀ ਬੈਠਾ ਕਿ ਮੇਰਾ ਕੁਝ ਨਾ ਕੁਝ ਹੋਊਗਾ। ਉਹ ਤੋਂ ਪਹਿਲਾਂ ਮੈਂ ਅਨੁਰਾਗ ਠਾਕੁਰ ਜੀ ਨੂੰ 2 ਵਾਰ ਮਿਲ ਚੁੱਕਿਆ, ਨੈਸ਼ਨਲ ਸਪੋਰਟ ਮਿਨਿਸਟਰ ਨੂੰ, ਉਹਨਾਂ ਨੇ ਵੀ ਇਹੀ ਕਿਹਾ ਕਿ ਕਰਦੇ ਹਾਂ, ਬਟ ਅਜੇ ਤੱਕ ਕੁਝ ਨਹੀਂ ਹੋਇਆ। ਸਰਕਾਰਾਂ ਮੈਨੂੰ ਲੱਗਦਾ ਕਈ ਆ ਗਈਆਂ, ਕਾਂਗਰਸ ਵੀ ਰਹਿ ਗਈ ਤੇ ਹੁਣ ਵੀ ਦੂਜੀ ਵੀ ਸਰਕਾਰ ਆ ਗਈ, ਸੈਂਟਰ ਵੀ ਤੁਸੀਂ ਮਿਲ ਚੁੱਕੇ ਹਨ, ਕਿਸੇ ਨੇ ਕੋਈ ਹੱਥ ਨਹੀਂ ਫੜਾਇਆ? ਨਹੀਂ ਕੋਈ, ਇਹ ਸਿਰਫ ਵਾਹਵਾ ਹੀ ਲੈਂਦੇ ਆ, ਦਿਖਾਉਂਦੇ ਆ ਵੀ ਅਸੀਂ ਇੰਨੀਆਂ ਜੋਬਾਂ ਦਿੱਤੀਆਂ, ਹੈਂਡੀਕੈਪ ਬੰਦੇ ਨੂੰ ਤਾਂ ਜੋਬ ਮਿਲੀ ਨਹੀਂ ਜਿਹੜਾ ਡਿਜ਼ਰਵ ਕਰ ਰਿਹਾ। ਤੇ ਇੱਕ ਹੋਰ ਵੀ ਦੇਖਣ ਨੂੰ ਮਿਲਦਾ, ਜਿੱਦਾਂ ਸਰਕਾਰ ਜੇ ਕੋਈ ਵੀ ਖਿਡਾਰੀ ਆਉਂਦਾ, ਕੋਈ ਮੈਡਲ ਜਿੱਤ ਕੇ ਆਉਂਦਾ, ਡਿਸਟ੍ਰਿਕਟ ਲੈਵਲ 'ਤੇ ਆਉਂਦਾ ਜਾਂ ਸਟੇਟ ਲੈਵਲ 'ਤੇ ਆਉਂਦਾ, ਤੇ ਉਹਦਾ ਸਨਮਾਨ ਕੀਤਾ ਜਾਂਦਾ। ਤੇ ਅਸੀਂ ਪਿਛਲੀ ਵਾਰ ਵੀ ਕਵਰ ਕੀਤਾ ਸੀ, ਤੁਸੀਂ ਜਦੋਂ ਇੰਟਰਨੈਸ਼ਨਲ ਲੈਵਲ 'ਤੇ ਤੁਸੀਂ ਮੈਡਲ ਜਿੱਤ ਕੇ ਆਏ ਸੀ ਤੇ ਤੁਸੀਂ ਬੱਸ 'ਚ ਉਤਰੇ ਸੀ ਤੇ ਪਰਿਵਾਰ ਸੀ, ਉਸ ਤੋਂ ਇਲਾਵਾ ਕਾਰਨ ਕੀ? ਕਾਰਨ ਇਹ ਹੈ ਜੀ, ਕਿਤੇ ਨਾ ਕਿਤੇ ਵਿਤਰਾ ਹੋ ਰਿਹਾ, ਇੱਕ ਇੱਕ ਗੇਮ ਦੇ ਮਗਰ ਲੱਗੇ ਹੋਏ ਨੇ, ਅੱਗੇ ਹੋਰ ਵੀ ਗੇਮਾਂ ਨੇ। ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਇਕੱਲਾ ਮੈਂ ਐਥਲੀਟ ਨਹੀਂ ਹਾਂ, ਮੇਰੇ ਵਰਗੀ ਕਿੰਨੇ ਨੇ ਜਿਨ੍ਹਾਂ ਨੇ ਰਿਕਾਰਡ ਬਣਾਇਆ, ਅੱਜ ਕਿਤੇ ਨਾ ਕਿਤੇ ਨਸ਼ੇ 'ਚ ਲੱਗ ਗਏ ਕਿਉਂਕਿ ਉਹਨਾਂ ਨੂੰ ਨਿਰਾਸ਼ਾ ਮਿਲ ਗਈ। ਹੁਣ ਮੈਂ ਇਹ ਜਿਹਾ ਕੁਝ ਕਰਨਾ ਨਹੀਂ ਚਾਹੁੰਦਾ, ਮੈਂ ਆਪਣੇ ਪੰਜਾਬ ਨੂੰ ਇਸੇ ਤਰ੍ਹਾਂ ਨੌਜਵਾਨਾਂ ਨੂੰ ਪੁਸ਼ ਕਰਦਾ ਰਹੂੰਗਾ ਕਿ ਨਸ਼ੇ ਛੱਡੋ, ਹੋਰ ਗੇਮਾਂ ਵੱਲ ਆਓ।
ਸਪੋਜ਼ ਕਰੋ ਜੇ ਕੱਲ੍ਹ ਨੂੰ ਤੁਹਾਨੂੰ ਜੋਬ ਮਿਲ ਜਾਂਦੀ ਹੈ ਤੇ ਤੁਸੀਂ ਕੀ ਕਰੋਗੇ? ਮੈਂ ਏਦਾਂ ਹੀ ਕੰਟੀਨਿਊ ਰੱਖੂੰਗਾ ਆਪਣੇ ਪੰਜਾਬ ਨੂੰ ਜਿਸਨੂੰ ਇਹਨਾਂ ਨੇ ਨਸ਼ੇੜੀ ਦਾ ਦਰਜਾ ਦਿੱਤਾ, ਅਤੇ ਮੈਂ ਇੱਕ ਮੁਹਿੰਮ ਚਲਾਊਂਗਾ, ਗਰਾਊਂਡ ਪੂਰੇ ਭਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰੂੰਗਾ, ਔਰ ਗਰੀਬ ਬੱਚੇ ਅਤੇ ਹੈਂਡੀਕੈਪ ਬੱਚਿਆਂ ਦੀ ਪੂਰੀ ਹੈਲਪ ਕਰੂੰਗਾ। ਇਹ ਮੈਂ ਵਾਅਦਾ ਕਰਦਾ ਤੁਹਾਡੇ ਚੈਨਲ ਰਾਹੀਂ।